ਕਿ ਥਮਿੰਦਰ ਆਨੰਦ ਐਲ.ਏ ਜਿਨ੍ਹਾਂ ਨੇ ਚੈਨਾ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪਾਂ ਦੀ ਮਨਮਰਜ਼ੀ ਦੇ ਨਾਲ ਸਿਪਾਈ ਕਰਾ ਕੇ ਲਗਾਤਾਰਾਂ ਬਦਲ ਕੇ ਮਹਾਰਾਜ ਜੀ ਦੇ ਸਰੂਪਾਂ ਨੂੰ ਆਪਣੇ ਗਦਾਮਾਂ ਦੇ ਵਿੱਚ ਰੱਖ ਕੇ ਜਿਨ੍ਹਾਂ ਦੇ ਉੱਤੇ ਘੱਟਾ ਮਿੱਟੀ ਜੰਮਿਆ ਹੋਇਆ ਸੀ ਬਹੁਤ ਵੱਡੀ ਬੇਅਦਬੀ ਕੀਤੀ ਇਹਨਾਂ ਨੇ ਉਹ ਸਰੂਪ ਸਰੂਪ ਜਿਹੜੇ ਮੰਗਾਏ ਸੀ ਤੇ ਉਹਨਾਂ ਦੀ ਸਾਂਭ ਸੰਭਾਲ ਵੀ ਨਹੀਂ ਕਰ ਸਕੇ ਜਿਹੜੇ ਡਿਲੀਵਰ ਕਰਨ ਵਾਲੇ ਬੰਦੇ ਨੇ ਉਹਨੇ ਜਾ ਕੇ ਸਰੂਪ ਗੁਰੂ ਮਹਾਰਾਜ ਦੇ ਪੈਰਾ ਚ ਥੱਲੇ ਹੀ ਰੱਖ ਦਿੱਤੇ ਗਏ ਉਹਨਾਂ ਨਾਲ ਖਿੱਚ ਤੂ ਕੀਤੀ ਗਈ ਕੋਈ ਰਿਸਪੈਕਟ ਨਹੀਂ ਕੀਤੀ ਗਈ ਉਹ ਬੇਅਦਬੀ ਦਾ ਜ਼ਿੰਮੇਵਾਰ ਕੌਣ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਹੁਕੰਡਾ ਨਾਮ ਲਈ ਲੈ ਰਹੀਆਂ ਹਨ ਜਿਸ ਕਰਕੇ ਸਿੱਖਾ ਵਿੱਚ ਇਸ ਦਾ ਬਹੁਤ ਰੋਸ ਪਾਇਆ ਜਾ ਰਿਹਾ ਹੈ ਹਾਲੇ ਇੱਕ ਤਾਜ਼ਾ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਚਾਈਨਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਿੰਟ ਕਰਵਾ ਕੇ ਕੰਟੇਨਰ ਰਾਹੀਂ ਲਿਆਂਦੇ ਗਏ ਜਿਸ ਨੂੰ ਬਕਸਿਆਂ ਵਿੱਚ ਬੰਦ ਕਰਕੇ ਰੱਖਿਆ ਹੋਇਆ ਸੀ ਜਿਸ ਦੀ ਗਿਣਤੀ 150 ਦੇ ਕਰੀ ਦੱਸੀ ਜਾ ਰਹੀ ਹੈ ਹੁਣ ਅਮਰੀਕਾ ਵਿੱਚ ਵੱਸਦੇ ਸਿੱਖਾਂ ਨੇ ਇਸ ਦਾ ਵਿਰੋਧ ਜਤਾਇਆ ਹੈ ਇਸ ਮੌਕੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਤੁਸੀਂ ਆਪ ਹੀ ਸੁਣ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਧ ਸੰਗਤ ਜੀਓ ਅਸੀਂ ਸਿੱਖ ਗੁਰਦੁਆਰਾ ਜੋ ਬਾਲਟੀਮੋਰ ਦੇ ਵਿੱਚ ਹੈ ਰੈਂਡਰਸਟਾਊਨ ਦੇ ਵਿੱਚ ਉੱਥੋਂ ਦੀਆਂ ਸੰਗਤਾਂ ਅੱਜ ਪ੍ਰਬੰਧਕ ਸਾਰੇ ਇਕੱਠੇ ਹੋਏ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਅੰਦਰ ਹਜ਼ੂਰੀ ਅੰਦਰ ਜੋ ਆਪ ਜੀ ਸੰਗਤਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਉਹ ਇਹ ਹੈ ਕਿ ਜੋ ਅਮਰੀਕਾ ਦੇ ਵਿੱਚ ਪਿਛਲੇ 1-2 ਮਹੀਨੇ ਤੋਂ ਜਿਹੜੀ ਖਬਰ ਜਿਹੜੀ ਉਹ ਵਾਇਰਲ ਹੋ ਰਹੀ ਸੀਗੀ ਕਿ ਧੰਨ ਸਾਹਿਬ ਸ੍ਰੀ ਗੁਰਗੰਸਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਅਣਅਧਿਕਾਰਕ ਤੌਰ ਤੇ ਚਾਈਨਾ ਤੋਂ ਛਿਪਵਾ ਕੇ ਤੇ ਅਮਰੀਕਾ ਦੇ ਵਿੱਚ ਐਲੇ ਦੇ ਵਿੱਚ ਥਮਿੰਦਰ ਆਨੰਦ ਨਾਮ ਦਾ ਜਿਹੜਾ ਉਹ ਸ਼ਖਸ ਹੈ ਉਹਨੇ ਉੱਥੇ ਮੰਗਵਾਏ ਨੇ ਉਹ ਜਿਹੜੇ ਮਹਾਰਾਜ ਦੇ ਸਰੂਪ ਨੇ ਉਹਨੇ ਆਪਣੇ ਗੋਦਾਮ ਦੇ ਵਿੱਚ ਰੱਖੇ ਹੋਏ ਸੀਗੇ ਜਿਨ੍ਹਾਂ ਦੀ ਗਿਣਤੀ 1500 ਤੋਂ 2000 ਦੇ ਕਰੀਬ ਦੱਸੀ ਜਾਂਦੀ ਆ ਔਰ ਉਹ ਗਦਾਮ ਦੇ ਵਿੱਚ ਉਸ ਰੂਪਾਂ ਦੀ ਉਹਨਾਂ ਨੂੰ ਰੈਪ ਕਰਕੇ ਰੱਖੇ ਡੱਬਿਆਂ ਚ ਪਾ ਕੇ ਰੈਪ ਕੀਤੇ ਹੋਏ ਸੀ ਉਹਨਾਂ ਡੱਬਿਆਂ ਦੇ ਉੱਤੇ ਧੂੜ ਕੱਟਾ ਮਿੱਟੀ ਚੜਿਆ ਹੋਇਆ ਸੀਗਾ ਜਿਹੜੇ ਕਿ ਉਹਨੇ ਮਲਕ ਭਜਨੀਤ ਮਲਕ ਜਿਹੜਾ ਹੈ ਔਰ ਗੁਰਦੀਪ ਮਲਕ ਹੈ ਜਿਹੜਾ ਉਹਦੇ ਰਾਈ ਉਹਨਾਂ ਨੇ ਉਹ ਲਾ ਦੇ ਬੰਦਿਆਂ ਦੇ ਰਾਈ ਉਹ ਸਾਰੇ ਅਮਰੀਕਾ ਦੇ ਵਿੱਚ ਉਹਨਾਂ ਨੇ ਉਹ ਜਿਹੜੇ ਧੰਨ ਸਾਹਿਬ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਸਰੂਪ ਨੇ ਉਹਨਾਂ ਦੀ ਸ਼ਿਪਮੈਂਟ ਕੀਤੀ ਹੈ ਉਹ ਗੁਰਦੁਆਰਿਆਂ ਦੇ ਵਿੱਚ ਭੇਜੇ ਨੇ ਉਹਨਾਂ ਦੇ ਵਿੱਚੋਂ ਇੱਕ ਗੁਰਦੁਆਰਾ ਸਾਹਿਬ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਮੈਰੀਲੈਂਡ ਜੋ ਰੌਕ ਰੌਕਵੈਲਡ ਦੇ ਵਿੱਚ ਹੈ ਇੱਥੇ ਮੈਰੀਲੈਂਡ ਦੇ ਵਿੱਚ ਉੱਥੇ ਵੀ ਉਹ ਮਹਾਰਾਜ ਜੀ ਦੇ 100 ਤੇ 50 ਸਰੂਪ ਆਏ ਨੇ ਜਿਨ੍ਹਾਂ ਦੀ ਗਿਣਤੀ ਪਹਿਲਾਂ ਕੁਛ ਦੱਸਦੇ ਸੀ ਪ੍ਰਬੰਧਕ ਕੋਈ ਕਹਿੰਦੇ ਸੀ 40 ਆ ਕੋਈ ਕਹਿੰਦੇ 80 ਸੀ ਕੋਈ ਪਹਿਲਾਂ ਉਹਨਾਂ ਫਿਰ 100 ਦੱਸੇ 106 ਦੱਸੇ ਫਿਰ ਉਹਨਾਂ ਦੀ ਗਿਣਤੀ ਜਿਹੜੀ ਬਾਹਰ ਨਿਕਲ ਕੇ ਆਈ ਆ ਜੋ ਚੈਟ ਦੇ ਰਾਹੀਂ ਭਜਨੀ ਤੇ ਮਲਕ ਤੇ ਥਮਿੰਦਰ ਨੰਦ ਦੇ ਰਾਹੀਂ ਆਈ ਆ 150 ਤੋਂ ਉੱਪਰ ਸਰੂਪ ਨੇ ਉਹ ਉਹ ਸਰੂਪਾਂ ਨੂੰ ਜਿਹੜਾ ਵਾ ਮਹਾਰਾਜ ਦੇ ਸਰੂਪਾਂ ਪਾਵਨ ਸਰੂਪਾਂ ਨੂੰ ਜਿਹੜਾ ਵਾ ਉਹ ਡੱਬਿਆਂ ਚ ਪਾ ਕੇ ਯੂਪੀਐਸ ਰਾਹੀਂ ਇੱਥੇ ਭੇਜੇ ਗਏ ਨੇ ਉਹਨਾਂ ਦੀ ਬੇਦਬੀ ਹੋਈ ਆ ਧੁਇਆ ਗਿਆ ਉਹਨਾਂ ਡੱਬਿਆਂ ਨੂੰ ਔਰ ਜਿਹੜਾ ਯੂਪੀਐਸ ਵਾਲਾ ਸ਼ਖਸ ਉਹਨੂੰ ਲੈ ਕੇ ਆਇਆ ਸੀ ਉਹਨਾਂ ਨੂੰ ਤੇ ਪਤਾ ਨਹੀਂ ਵੈਸੇ ਪਰ ਉਹਨਾਂ ਨੂੰ ਜਿਹੜੇ ਪ੍ਰਬੰਧਕ ਸਨ ਉਹਨਾਂ ਨੂੰ ਤੇ ਪਤਾ ਸੀ ਇਸ ਗੱਲ ਦਾ ਕਿ ਮਾਰੇ ਦੇ ਸਰੂਪ ਦੀ ਵੈਲਿਊ ਸਿੱਖ ਵਾਸਤੇ ਜਿਹੜੀ ਉਹ ਕੀ ਹੈ ਪਰ ਉਹਨਾਂ ਨੇ ਅਣਗਹਿਲੀ ਕੀਤੀ ਉਹਨਾਂ ਦਾ ਇਹ ਦੋਸ਼ ਹੈ ਕਿ ਉਹਨਾਂ ਨੇ ਉਹ ਸਰੂਪ ਜਿਹੜੇ ਨੇ ਇਸ ਤਰ੍ਹਾਂ ਬੇਦਬੀ ਕੀਤੀ ਉਹਨਾਂ ਸਰੂਪਾਂ ਦੀ ਤੇ ਇਹਨਾਂ ਡਾਕਟਰ ਰਾਜਵੰਤ ਜੋ ਕਿ ਇੱਕ ਉਹਨਾ ਦਾ ਇੱਕ ਸੰਸਥਾ ਚਲਾਉਂਦਾ ਹੈ ਏਡੀਆਂ ਵੱਡੀਆਂ ਸਿੱਖਾਂ ਦੀਆਂ ਸੰਸਥਾ ਚਲਾ ਕੇ ਲੋਕਾਂ ਕੋ ਪੈਸੇ ਇਕੱਠੇ ਕਰ ਰਿਹਾ ਪਰ ਇਸ ਚੀਜ਼ ਦਾ ਪਤਾ ਨਹੀਂ ਵੀ ਮਹਾਰਾਜ ਦੇ ਸਰੂਪ ਦੀ ਜਿਹੜੀ ਆ ਉਹ ਬਸ ਤੱਕ ਹੀ ਆ ਸਿੱਖਾਂ ਦੇ ਅੰਦਰ ਕਹਿੰਦੇ ਜੀ ਸਾਡੇ ਕੋ ਗਲਤੀ ਹੋ ਗਈ ਆ ਏਡੀ ਵੱਡੀ ਗਲਤੀ ਸਿੱਖ ਕਦੀ ਮਾਫ ਨਹੀਂ ਕਰਨਗੇ ਤੁਸੀਂ ਉਹ ਸਰੂਪ ਜੇ ਤੁਹਾਡੇ ਕੋਲ ਆਏ ਸਨ ਤੇ ਤੁਹਾਨੂੰ ਉਹ ਦੱਸਣਾ ਚਾਹੀਦਾ ਸੀਗਾ ਸ੍ਰੀ ਅਕਾਲ ਤਖਸਾਲ ਸਾਹਿਬ ਨੂੰ ਉਹ ਜਰੂਰ ਉੱਥੇ ਜਿਹੜੀ ਸੀ ਉਹ ਮੈਸੇਜ ਦੇਣਾ ਚਾਹੀਦਾ ਸੀ ਸਾਡੇ ਕੋਲ 150 ਸਰੂਪ ਆਇਆ ਹੈ ਜਾਂ ਕਿਸੇ ਸੰਸਥਾ ਨੂੰ ਦੱਸ ਦੇ ਵੀ ਭਾਈ ਸਾਡੇ ਕੋਲ ਇਨੇ ਸਰੂਪ ਆਏ ਨੇ ਇਸ ਕਰਕੇ ਇਹ ਬੜਾ ਘੋਰ ਵਿਦਬੀ ਹੋਈ ਹੈ ਪਲੱਸ ਉਹਨਾਂ ਸਰੂਪਾਂ ਦੇ ਵਿੱਚ ਲਗਾ ਮਾਤਰਾ ਦੇ ਨਾਲ ਛੇੜਛਾੜ ਕੀਤੀ ਗਈ ਹੈ ਤੇ ਔਰ ਉਹ ਲਗਾ ਮਾਤਰਾ ਆਮ ਸੰਗਤ ਨੂੰ ਉਹਨਾਂ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਸੰਗਤ ਜੀ ਅਸੀਂ ਆਉਨੇ ਆ ਗੁਰੂ ਗ੍ਰੰਥ ਸਾਹਿਬ ਦੇ ਇੱਥੇ ਮੱਥਾ ਟੇਕਦੇ ਆਂ ਬੱਥਾ ਟੇਕ ਕੇ ਪ੍ਰਸ਼ਾਦਾ ਛੱਕ ਕੇ ਘਰ ਨੂੰ ਚਲੇ ਜਾਂਦੇ ਆ ਪਰ ਉਹਨਾਂ ਵਿੱਚ ਜਿਹੜੀ ਉਹਨਾਂ ਦੇ ਵਿੱਚ ਰਲਾ ਗੋਬੜਾ ਜੋ ਕੀਤਾ ਗਿਆ ਏ ਜੋ ਮਿਸਟੇਕ ਕੀਤੀਆਂ ਗਈਆਂ ਨੇ ਉਹਦੇ ਵਿੱਚ ਵੇਖੋ ਮਹਾਰਾਜ ਦਾ ਇੱਕ ਬਚਨ ਹੈ ਕਰਤੇ ਕੀ ਮਿਤ ਕਰਤਾ ਜਾਣੇ ਕਹਿ ਜਾਣੇ ਗੁਰੂ ਸੂਰਾ ਉਹਦੇ ਵਿੱਚ ਕਰਤੇ ਪਰਮੇਸ਼ਰ ਜੋ ਕਰਤਾ ਕ੍ਰੀਏਟਰ ਹੈ ਜੋ ਉਦੀ ਮਿਤ ਉਹ ਆਪ ਜਾਣਦਾ ਏ ਕਹਿ ਜਾਣੇ ਗੁਰਸੂਰਾ ਕਹਿ ਦਾ ਮਤਲਬ ਹੈ ਕੱਕੇ ਨੂੰ ਦੋ ਦਲੈਂਕੜਾਂ ਨੇ ਕੱਕੇ ਨੂੰ ਦੋ ਲਾਵਾਂ ਨੇ ਉਹਦਾ ਮਤਲਬ ਹੈ ਜਾਂ ਗੁਰੂ ਸੂਰਮਾ ਜਾਣਦਾ ਏ ਜੇ ਤੁਸੀਂ ਕੱਕੇ ਦੇ ਦੋ ਲਾਵਾਂ ਨਾਲੋਂ ਇੱਕ ਲਾਂ ਲਾ ਦਿਓਗੇ ਤੇ ਉਹਦਾ ਮਤਲਬ ਹੈ ਉਹ ਕਰਤੇ ਦੀ ਮਿਤ ਕਰਤਾ ਤੇ ਜਾਣਦਾ ਏ ਪਰ ਗੁਰੂ ਸਾਹਿਬ ਨਹੀਂ ਜਾਣਦੇ ਉਹ ਇੱਕ ਲਾਂ ਲਾਉਣ ਦੇ ਨਾਲ ਸਾਰੇ ਸ਼ਬਦ ਦਾ ਜੋ ਭਾਵ ਹੈ ਉਹ ਬਦਲ ਜਾਂਦਾ ਏ ਪਰ ਸਾਨੂੰ ਆਮ ਸੰਗਤ ਨੂੰ ਇਸ ਚੀਜ਼ ਦਾ ਗਿਆਨ ਨਹੀਂ ਹੈ ਇਹ ਕਰਕੇ ਅਸੀਂ ਚਾਹੁੰਦੇ ਆ ਕਿ ਇਹਦੀ ਵੱਡੇ ਲੈਵਲ ਤੇ ਇਹਦੀ ਜਿਹੜੀ ਆ ਉਹ ਕੋਖ ਹੋਵੇ ਪੀ ਇਹਨਾਂ ਲੋਕਾਂ ਨੇ ਕੀ ਕੀ ਕੀਤਾ ਉਹਦੇ ਵਿੱਚ ਔਰ ਦੂਸਰਾ ਸੰਗਤ ਆਪਣੇ ਤੌਰ ਤੇ ਇਹਨਾਂ ਲੋਕਾਂ ਦਾ ਘਰਾਓ ਬਾਈਕਾਟ ਜ਼ਰੂਰ ਕਰੇ ਇਹੋ ਜਿਹੇ ਲੋਕਾਂ ਨੂੰ ਜਿਹੜੇ ਆ ਇਹਨਾਂ ਨੂੰ ਬਾਹਰ ਨਿਕਲਣਾ ਚਾਹੀਦਾ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਗੁਰਦੁਆਰਿਆਂ ਦੇ ਵਿੱਚੋਂ ਜਿਹੜੇ ਸਾਡੇ ਇਹ ਮੁਖੀ ਬਣ ਕੇ ਬੈਠੇ ਨੇ ਔਰ ਜਿੰਨੀਆਂ ਵੀ ਹੋਰ ਸੰਗਤਾਂ ਨੇ ਜਿੰਨੀਆਂ ਵੀ ਗੁਰੂ ਘਰ ਦੀਆਂ ਅਈਸਟ ਕੋਸਟ ਦੀਆਂ ਜਿਹੜੀਆਂ ਜਿੰਨੀਆਂ ਪ੍ਰਬੰਧਕ ਕਮੇਟੀਆਂ ਨੇ ਗੁਰਦੁਆਰਿਆਂ ਦੀਆਂ ਜਿੰਨੀਆਂ ਜਥੇਬੰਦੀਆਂ ਨੇ ਅਸੀਂ ਉਹਨਾਂ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਭਾਈ ਇਕੱਠੇ ਹੋ ਇਕੱਠੇ ਹੋ ਕੇ ਕੋਈ ਪ੍ਰੋਗਰਾਮ ਅਲੀਕਿਆ ਜਾਵੇ ਕਿ ਇਹ ਜਿਹੜਾ ਹੋਇਆ ਵਾ ਚੀਜ਼ ਇਹਦੇ ਉੱਤੇ ਅੱਗੇ ਤੋਂ ਕਿੱਦਾਂ ਨੱਥ ਪਾਈ ਜਾ ਸਕੇ ਕਿਸੇ ਦਾ ਹੀ ਨਾ ਪਵੇ ਕਿ ਧੰਨ ਸਾਹਿਬ ਸ੍ਰੀ ਗੁਰਗੰਸਾਹ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪਾਨਾ ਕੋ ਇਦਾਂ ਕਰ ਸਕੇ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਗਲਤੀਆਂ ਦੀਆਂ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਲਖਵਿੰਦਰ ਸਿੰਘ ਫਲੈਡਲਫੀਆ ਅੱਜ ਦਾਸ ਬਹੁਤ ਦੁਖੀ ਹਿਰਦੇ ਨਾਲ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਜੋ ਪਿਛਲੇ ਦਿਨੀ ਜਿਹੜਾ ਮਸਲਾ ਸਾਹਮਣੇ ਆਇਆ ਸੀ ਕਿ ਥਮਿੰਦਰ ਅਨੰਦ ਐਲ.ਏ ਜਿਨਨੇ ਚైనా ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪਾਂ ਦੀ ਮਨਮਰਜ਼ੀ ਦੇ ਨਾਲ ਸਿਪਾਈ ਕਰਾ ਕੇ ਲਗਾਤਾਰਾਂ ਬਦਲ ਕੇ ਮਹਾਰਾਜ ਜੀ ਦੇ ਸਰੂਪਾਂ ਨੂੰ ਆਪਣੇ ਗਦਾਮਾਂ ਦੇ ਵਿੱਚ ਰੱਖ ਕੇ ਜਿਨ੍ਹਾਂ ਦੇ ਉੱਤੇ ਘੱਟਾ ਮਿੱਟੀ ਜੰਮਿਆ ਹੋਇਆ ਸੀ ਬਹੁਤ ਵੱਡੀ ਬੇਅਦਬੀ ਕੀਤੀ 1500 ਦੇ ਕਰੀਬ 2000 ਦੇ ਕਰੀਬ ਜਿਹੜੇ ਸਰੂਪ ਸਾਹਮਣੇ ਆਂਦੇ ਪਏ ਨੇ ਕਿ ਮਤਲਬ ਕਿ ਪਤਾ ਲੱਗਦਾ ਪਿਆ ਕਿ ਇੰਨੇ ਉਹਨਾਂ ਨੇ ਸਿਪਾਈ ਕਰਾਈ ਹੈ ਤੇ ਉਸ ਤੋਂ ਬਾਅਦ ਭਜਨੀਤ ਮਲਕ ਤੇ ਗੁਰਦੀਪ ਮਲਕ ਜਿਹੜੀ ਮਲਕ ਫੈਮਿਲੀ ਹੈ ਉਹਨਾਂ ਨੇ ਵੱਖ-ਵੱਖ ਥਾਵਾਂ ਤੇ ਮਹਾਰਾਜ ਦੇ ਸਰੂਪ ਜੁਪੀਐਸ ਰਾਈ ਭੇਜੇ ਨੇ ਤੇ ਉਹ ਇੱਕ ਉਹਨਾਂ ਦੇ ਵਿੱਚੋਂ ਜੇ ਅਸੀਂ ਗੱਲ ਕਰਦੇ ਆਂ ਤੇ ਮੈਰੀਲੈਂਡ ਦਾ ਗੁਰਦੁਆਰਾ ਜਿੱਥੇ ਅਸੀਂ ਰਹਨੇ ਆਂ ਇਹਦੇ ਲਾਗੇ ਬਿਲਕੁਲ ਮੈਰੀਲੈਂਡ ਦਾ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਉਹਦੇ ਜਿਹੜੇ ਮੁੱਖ ਪ੍ਰਬੰਧਕ ਨੇ ਉਹ ਹੈਗੇ ਨੇ ਡਾਕਟਰ ਰਾਜਵੰਤ ਸਿੰਘ ਚਤਰ ਸਿੰਘ ਸੈਣੀ ਇਤਿਹਾਦ ਹੋਰ ਹੋਣਗੇ ਇੱਕ ਉੱਥੇ ਦੇ ਜਿਹੜੇ ਹੈੱਡ ਗ੍ਰੰਥੀ ਸੀ ਗੁਰਦਰਸ਼ਨ ਸਿੰਘ ਇਹਨਾਂ ਨੇ ਉਹ ਸਰੂਪ ਜਿਹੜੇ ਮਂਗਾਏ ਸੀ ਤੇ ਉਹਨਾਂ ਦੀ ਸਾਹਮ ਸਭਾਲ ਵੀ ਨਹੀਂ ਕਰ ਸਕੇ ਜਿਹੜੇ ਮੰਦੇ ਨੇ ਉਹ ਕਹਿੰਦੇ 106 ਸਰੂਪਾਂ ਬਾਰੇ ਸਾਡੇ ਕੋਲ ਜਾਣਕਾਰੀ ਹੈ ਪਰ ਜਿਹੜੀ ਹਰਪਜਨ ਪਜਨੀਤ ਤੇ ਪਜਨੀਤ ਮਲਕ ਤੇ ਥਮਿੰਦਰ ਆਨੰਦ ਦੀ ਜਿਹੜੀ ਚੈਟ ਹੋਈ ਆ ਉਹ ਸੰਗਤ ਦੇ ਸਾਹਮਣੇ ਆਈ ਹੈ ਉਹਦੇ ਵਿੱਚ ਬਕਾਇਦਾ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦਾ ਐਡਰੈਸ ਦੇ ਕੇ ਉਥੇ ਲਿਖਿਆ ਹੋਇਆ ਕਿ 150 ਸਰੂਪ ਉਥੇ ਗਏ ਜਿਹਨੇ ਬੰਦੇ ਨੇ ਸਰੂਪਾਂ ਦੀ ਸਾਂਭ ਸੰਭਾਲ ਕੀਤੀ ਸੁੱਚਾ ਸਿੰਘ ਨੇ ਉਹਦੀਆਂ ਵੀਡੀਓ ਸਾਹਮਣੇ ਆਈਆਂ ਨੇ ਜਿੰਦੇ ਜੋ ਮੰਨਿਆ ਇਹ ਗੱਲ ਕੇ ਸਰੂਪ ਜਿਹੜੇ ਸੀ 165 ਸੀ ਹੁਣ ਜਿਹੜੇ ਬਾਕੀ ਸਰੂਪ ਕਿੱਥੇ ਗਏ ਜਾਂ ਜਿਹੜੇ ਤਰੀਕੇ ਦੇ ਨਾਲ ਜੀ ਡਿਲੀਵਰ ਕਰਨ ਵਾਲੇ ਬੰਦੇ ਨੇ ਉਹਨੇ ਜਾ ਕੇ ਸਰੂਪ ਗੁਰੂ ਮਹਾਰਾਜ ਦੇ ਪੈਰਾਂ ਚ ਥੱਲੇ ਹੀ ਰੱਖ ਦਿੱਤੇ ਗਏ ਉਹਨਾਂ ਨਾਲ ਖਿੱਚ ਧੂ ਕੀਤੀ ਗਈ ਕੋਈ ਰਿਸਪੈਕਟ ਨਹੀਂ ਕੀਤੀ ਗਈ ਉਹ ਬੇਅਦਬੀ ਦਾ ਜ਼ਿੰਮੇਵਾਰ ਕੌਣ ਹੈ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਇਸ ਦੇ ਉੱਤੇ ਖੁੱਲ ਕੇ ਬੋਲੇ ਹਰ ਜਥੇਬੰਦੀ ਦਾ ਫਰਜ਼ ਬਣਦਾ ਹੈ ਕਿ ਇਸ ਦੇ ਉੱਤੇ ਆਪਣੇ ਬਿਆਨ ਦੇ ਤੇ ਜਥੇਦਾਰ ਕਾਲ ਤਕ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਦੇ ਵਿੱਚ ਨਿਆ ਹੋਣਾ ਚਾਹੀਦਾ ਸਿਆਸੀ ਪਾਰਟੀਆਂ ਕਿਉਂਕਿ ਜਿੰਨੇ ਵੀ ਨੇ ਸਾਰੇ ਰਜਵਾੜੇ ਨੇ ਇਹਨਾਂ ਬਹੁਤ ਵੱਡੇ ਵੱਡੇ ਬੰਦੇ ਨੇ ਇਹਨਾਂ ਦੀ ਜਿਹੜੀ ਗੱਲਬਾਤ ਹੈਗੀ ਇਹ ਉਹ ਇੱਥੇ ਅਮਰੀਕਾ ਦੀਆਂ ਸਰਕਾਰਾਂ ਤੱਕ ਵੀ ਹੈਗੀ ਹੈ ਕਿਸੇ ਦਾ ਕੋਈ ਨੁਕਸਾਨ ਵੀ ਕਰਾ ਸਕਦੇ ਨੇ ਪਰ ਸਿੱਖ ਕੌਮ ਜਿਹੜੀ ਹੈ ਹਮੇਸ਼ਾ ਹੀ ਨਿਡਰ ਹੈ ਗੁਰੂ ਦੇ ਸਿੰਘਾਂ ਅੰਦਰ ਕੋਈ ਵੀ ਡਰ ਨਹੀਂ ਹੈ ਇਸ ਵਿਅਦਵੀ ਵਾਸਤੇ ਜੇ ਕੋਈ ਕਿਸੇ ਨੂੰ ਕੋਈ ਜਾਣੀ ਅਖਸਾਰ ਵੀ ਹੁੰਦਾ ਤੇ ਉਸਦੇ ਜ਼ਿੰਮੇਵਾਰ ਵੀ ਇਹ ਹੋਣਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਆਪ ਸਭ ਸਾਧ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਜੀ ਦਾਸ ਬਚਿੱਤਰ ਸਿੰਘ ਬੈਰੀ ਲੈਂਡ ਤੋਂ ਔਰ ਸਾਰੀ ਸੰਗਤਾਂ ਨੂੰ ਬੇਨਤੀ ਸਾਰੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀ ਹੋਈ ਆ ਇਹਦੇ ਵਿੱਚ ਸਾਰੇ ਆਪੋ ਆਪਣਾ ਜਿਹੜਾ ਆ ਰੋਸ ਪ੍ਰਦਰਸ਼ਨ ਜਿਹੜਾ ਵਾ ਜਰੂਰ ਕਰੋ ਕਿਉਂਕਿ ਇਹ ਕੋਈ ਬਖਸ਼ਣਯੋਗ ਗਲਤੀ ਨਹੀਂ ਗਈ ਔਰ ਇਹ ਸਾਰਾ ਕੁਝ ਮਿੱਥ ਕੇ ਕੀਤਾ ਗਿਆ ਔਰ ਜਿਹੜੀ ਕੋਈ ਚੀਜ਼ ਮਿੱਥ ਕੇ ਕੀਤੀ ਜਾਂਦੀ ਆ ਉਹਨੂੰ ਆਦਤ ਕਹਿੰਦੇ ਆ ਗਲਤੀ ਨਹੀਂ ਕਹਿੰਦੇ ਕਿਉਂਕਿ ਗਲਤੀ ਦੀ ਮਾਫੀ ਹੋ ਸਕਦੀ ਆ ਆਦਤ ਜਿਹੜੀ ਪੈ ਜੇ ਉਹਨੂੰ ਹਟਾਉਣਾ ਪੈਂਦਾ ਫਿਰ ਤੇ ਕਿਉਂਕਿ પાપી કે મારને ਕੋ પાਪ મહાबली ਹੈ ਕਿਉਂਕਿ ਜਿਹੜੇ ਪਾਪੀ ਹੈ ਸਾਰੇ ਇਹਨਾਂ ਦੇ ਪਾਪ ਨੇ ਇਹਨਾਂ ਨੂੰ ਮਾਰਨਾ ਸਾਹੀਂ ਬਸ ਇੱਕ ਮਹਾਰਾਜ ਦੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਹੀਲਾ ਕਰਨਾ ਇੱਕ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਧ ਸੰਗਤ ਜੀ ਸਾਰੇ ਜਾਗੋ ਹੋਈਆਂ ਗਲਤੀਆਂ ਭੁੱਲਾ ਚੁੱਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਨਦੀਪ ਸਿੰਘ ਸੰਗਤ ਅੱਗੇ ਇਹੀ ਅਪੀਲ ਕਰਨਾ ਚਾਹੁੰਦਾ ਸੱਚੇ ਪਾਤਸ਼ਾਹ ਜੋ ਤਨ ਗੁਰ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਹੈ ਜੋ ਕਿ ਡਾਕਟਰ ਰਾਜਵਤ ਸਿੰਘ ਥਮਿੰਦਰ ਆਨੰਦ ਪਜਨੀਕ ਮਾਲਕ ਗੁਰਦਰਸ਼ਨ ਮੈਰੀਲੈਂਡ ਸੰਗਤ ਨੂੰ ਇਹ ਹੀ ਅਪੀਲ ਹੈ ਕਿ ਇਹਨਾਂ ਦਾ ਵੱਧ ਤੋਂ ਵੱਧ ਘਰਾਓ ਕਰੋ ਤਾਂ ਕਿ ਇਹ ਆਮ ਸੰਗਤ ਵਿੱਚ ਜਦ ਤੱਕ ਇਹ ਆਪਣੀ ਪੂਰੀ ਗਲਤੀ ਕਬੂਲ ਨਹੀਂ ਕਰ ਲੈਂਦੇ ਇਹ ਸੱਚ ਨਹੀਂ ਬੋਲਦੇ ਇਹਨਾਂ ਦਾ ਪੂਰਾ ਘਰਾਓ ਕਰੋ ਤੇ ਇਹਨਾਂ ਨੂੰ ਭਾਜੜਾ ਪਾਓ ਕਿ ਦੁਆਰਾ ਕੋਈ ਕਿਸੇ ਦਾ ਹਿਆਣ ਨਾ ਪਵੇ ਕਿ ਗੁਰਗਨ ਸਾਹਿਬ ਮਾਰੇ ਦੀ ਬੇਦਵੀ ਕਰ ਸਕੇ ਸੰਗਤ ਨੂੰ ਇਹ ਹੀ ਅਪੀਲ ਹੈ ਵੱਧ ਤੋਂ ਵੱਧ ਇਕੱਠੇ ਇਕੱਠ ਕਰੋ ਇਨਾਂ ਦਾ ਘਰਾਵ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ